ਸਾਦਤ हसन ਮੰਟੋ ਦੀ ਕਹਾਣੀ ਬਾਸਿਤ ਬਾਸਿਤ ਪੂਰਾ ਵੀ ਰਜ਼ਾਮੰਦ ਨਹੀਂ ਸੀ ਪਰ ਮਾਂ ਦੇ ਸਾਹਮਣੇ ਉਹਦੀ ਪੇਸ਼ ਨਾ ਚੱਲੀ ਅਵਲ ਤਾਂ ਉਹਦੀ ਹਾਲੇ ਵਿਆਹ ਕਰਨ ਦੀ ਕੋਈ ਖੁਆਇਸ਼ ਹੀ ਨਹੀਂ ਸੀ ਇਸ ਤੋਂ ਇਲਾਵਾ ਉਹ ਕੁੜੀ ਵੀ ਉਹਨੂੰ ਪਸੰਦ ਨਹੀਂ ਸੀ ਜਿਸ ਨਾਲ ਉਹਦੀ ਮਾਂ ਉਹਦਾ ਵਿਆਹ ਕਰਨ ਤੇ ਤੁਲੀ ਹੋਈ ਸੀ ਉਹ ਬੜੀ ਦੇਰ ਤੱਕ ਟਾਲਦਾ ਰਿਹਾ ਜਿੰਨੇ ਬਹਾਨੇ ਬਣਾ ਸਕਦਾ ਸੀ ਉਹਨੇ ਬਣਾਏ ਪਰ ਆਖਰ ਇੱਕ ਦਿਨ ਉਹਨੂੰ ਮਾਂ ਦੀ ਅਟਲ ਖੁਆਇਸ਼ ਦੇ ਸਾਹਮਣੇ ਸਿਰ ਝੁਕਾਉਣਾ ਪਿਆ ਨਰਸਲ ਬਹਿਸ ਕਰਦਿਆਂ ਕਰਦਿਆਂ ਤੰਗ ਆ ਗਿਆ ਸੀ। ਉਹਨੇ ਮਨ 'ਚ ਸੋਚਿਆ ਹੁਣੇ ਬਕਬਕ ਖਤਮ ਹੋਈ ਜਾਏ ਤਾਂ ਚੰਗਾ ਹੈ। ਹੋਣ ਦਿਓ ਵਿਆਹ ਕੋਈ ਕਿਆਮਤ ਤਾਂ ਟੁੱਟਣੋ ਰਹੀ ਮੈਂ ਨਿਭਾਈ ਲਵਾਂਗਾ। ਉਹਦੀ ਮਾਂ ਬੜੀ ਖੁਸ਼ ਹੋਈ ਕੁੜੀ ਵਾਲੇ ਉਹਦੇ ਅਜੀਜ਼ ਸਨ ਤੇ ਅਰਸਾ ਪਹਿਲਾਂ ਉਹਨਾਂ ਨੂੰ ਜ਼ਬਾਨ ਦੇ ਚੁੱਕੇ ਸੀ। ਜਦੋਂ ਬਾਸਿਤ ਨੇ ਹਾਂ ਕੀਤੀ ਤਾਂ ਤਰੀਕ ਪੱਕੀ ਕਰਨ ਲਈ ਕੁੜੀ ਵਾਲਿਆਂ ਕੋਲ ਗਈ। ਕੁੜੀ ਵਾਲਿਆਂ ਨੇ ਅਪਰੋਖ ਤੌਰ ਤੇ ਟਾਲਮਟੋਲ ਕੀਤੀ ਤਾਂ ਉਹਨੂੰ ਬੜਾ ਗੁੱਸਾ ਆਇਆ। ਕੀਨ ਲਗੇ ਸੈਦਾ ਦੀ ਮਾਂ ਮੈਂ ਇੰਨੀ ਮੁਸ਼ਕਲ ਨਾਲ ਬਾਸਿਤ ਨੂੰ ਰਜ਼ਾਮੰਦ ਕੀਤਾ ਹੁਣ ਤੋ ਤਰੀਕ ਪੱਕੀ ਨਹੀਂ ਕਰ ਰਹੀ ਹੈ ਵਿਆਹ ਹੋਏਗਾ ਤੇ ਇਸੇ ਮਹੀਨੇ ਦੀ 20 ਤਰੀਕ ਨੂੰ ਹੋਏਗਾ ਨਹੀਂ ਤੇ ਨਹੀਂ ਹੋਏਗਾ ਇਹ ਗੱਲ ਪੱਕੀ ਆ ਤੇ ਪੱਲੇ ਬੰਨ ਲੈ ਨਾ ਸਮਝ ਲੈ ਧਮਕੀ ਨੇ ਕਮਾਲ ਕਰ ਛੱਡਿਆ ਕੁੜੀ ਦੀ ਮਾਂ ਖ ਰਾਜ਼ੀ ਹੋ ਗਈ ਸਾਰੀਆਂ ਤਿਆਰੀਆਂ ਮੁਕੰਮਲ ਹੋਈਆਂ ਵੀਰ ਨੂੰ ਦੁਲਨ ਕਰੇ ਸੀ ਬਾਸਿਤ ਨੂੰ ਕੁੜੀ ਪਸੰਦ ਨਹੀਂ ਸੀ ਪਰ ਉਹਦੇ ਨਾਲ ਨਿਭਾਉਣ ਦਾ ਫੈਸਲਾ ਕਰ ਚੁੱਕਿਆ ਸੀ ਉਹਦੇ ਨਾਲ ਬੜੇ ਪਿਆਰ ਨਾਲ ਪੇਸ਼ ਆਇਆ ਉਨੇ ਮਾਸਾਜ਼ਾਰ ਨਾ ਹੁੰਨ ਦਿੱਤਾ ਕਿ ਉਸ ਨਾਲ ਵਿਆਹ ਕਰਨ ਲਈ ਰਾਜ਼ੀ ਨਹੀਂ ਸੀ ਤੇ ਉਹ ਜ਼ਬਰਦਸਤੀ ਉਹਦੇ ਸਿਰ ਮੜ ਦਿੱਤੀ ਗਈ ਹੈ ਨਵੀਆਂ ਦੁਲਹਾਨਾਂ ਅਕਸਰ ਸ਼ਰਮਾਉਂਦੀਆਂ ਨੇ ਬਾਸਿਤ ਨੇ ਸੋਚਿਆ ਪਰ ਉਹਨੇ ਮਹਿਸੂਸ ਕੀਤਾ ਸੈਦਾ ਲੋੜੋਂਵਾਦੀ ਸ਼ਰਮਿਲੀਆ ਤੇ ਉਹਦੇ ਸ਼ਰਮੀਲੇ ਪੰਜ ਕੁਝ ਖੌਫ ਵੀ ਹੈ ਜਿਵੇਂ ਉਹ ਤੋਂ ਡਰਦੀ ਹੈ ਸ਼ੁਰੂ-ਸ਼ੁਰੂ ਚੋਂ ਦਾ ਖਿਆਲ ਸੀ ਕਿ ਸੈਦਾ ਦਾ ਡਰ ਦੂਰ ਹੋ ਜਾਏਗਾ ਪਰ ਉਹ ਵੱਧ ਆਈ ਗਿਆ ਉਹਨੇ ਸੈਦਾ ਨੂੰ ਕੁਝ ਦਿਨਾਂ ਲਈ ਪੇਕੇ ਭੇਜ ਦਿੱਤਾ ਜਦੋਂ ਵਾਪਸ ਆਈ ਤਾਂ ਉਹਦਾ ਖੌਫ ਪਰਿਸੰਗ ਕਾਫੀ ਹੱਦ ਤੱਕ ਦੂਰ ਹੋ ਚੁੱਕੇ ਸੀ ਬਾਸਿਤ ਨੇ ਸੋਚਿਆ ਇੱਕ ਦੋ ਵਾਰ ਪੀਕੇ ਜਾਏਗੀ ਤਾਂ ਠੀਕ ਹੋ ਜਾਏਗੀ ਪਰ ਉਹਦਾ ਕਿਆਸ ਗਲਤ ਨਿਕਲਿਆ ਉਹ ਫਿਰ ਖੌਫ ਜ਼ਿਆਦਾ ਰਹਿਣ ਲੱਗੀ ਇੱਕ ਦਿਨ ਉਹਨੇ ਪੁੱਛਿਆ ਸੈਦਾ ਤੂੰ ਡਰੀ ਡਰੀ ਕਿਉਂ ਰਹਿਨੀ ਹੈ ਸੈਦਾ ਤਰਬ ਕੇ ਬੋਲੀ ਨਹੀਂ ਤਾਂ ਨਹੀਂ ਤਾਂ ਉਹਨੇ ਬੜੇ ਪਿਆਰ ਭਰੇ ਲੱਜਿਜ ਕਿ ਆਖਿਰ ਕੀ ਗੱਲ ਆ ਖੁਦਾ ਦੀ ਸੋ ਮੈਨੂੰ ਬੜੀ ਉਲਝਣ ਹੁੰਦੀ ਆ ਕਿਸ ਗੱਲ ਦਾ ਡਰਾ ਤੈਨੂੰ ਮੇਰੀ ਮਾਂ ਇੰਨੀ ਚੰਗੀ ਆ ਤੇਰੇ ਨਾਲ ਸੱਸਾਂ ਜਿਹਾ ਸਲੂਕ ਨਹੀਂ ਕਰਦੀ ਮੈਂ ਤੇਰੇ ਨਾਲ ਇੰਨਾ ਪ੍ਰੇਮ ਕਰਦਾ ਫਿਰ ਤੂੰ ਐਸੀ ਸੂਰਤ ਕਿਉਂ ਬਣਾਈ ਫਿਰਦੀ ਰਹਿਨੀ ਐ ਇੰਜ ਲੱਗਦਾ ਜਿਵੇਂ ਤੈਨੂੰ ਖੌਫ ਆ ਕਿ ਤੈਨੂੰ ਕੋਈ ਕੁੱਟੇਗਾ ਇਹਨਾਂ ਕਹਿ ਕੇ ਉਹਨੇ ਸਾਈਦਾ ਦਾ ਮੂੰਹ ਚੁੰਮ ਲਿਆ ਸਾਈਦਾ ਖਮੋਸ਼ ਰਹੀ ਉਹਦੀਆਂ ਅੱਖਾਂ ਹੋਰ ਸਹਿਮ ਗਈਆਂ ਉਹਨੇ ਸਾਈਦਾ ਨੂੰ ਹੋਰ ਪਿਆਰ ਕੀਤਾ ਤੇ ਕਿਹਾ ਤੈਨੂੰ ਹਰ ਵੇਲੇ ਹੱਸਦੇ ਰਹਿਣਾ ਚਾਹੀਦਾ ਲੈ ਹੁਣ ਥੋੜਾ ਹੱਸ ਪੈ ਹੱਸ ਮੇਰੀ ਜਾਨ ਸੈਦਾ ਨੇ ਹਸਨ ਦੀ ਕੋਸ਼ਿਸ਼ ਕੀਤੀ ਉਹਨੇ ਪਿਆਰ ਨਾਲ ਸੈਦਾ ਨੂੰ ਥਾਪੀ ਦਿੰਦੇ ਆ ਕਿ ਸ਼ਾਬਾਸ਼ ਬਸ ਐਵੇਂ ਹਸੂ ਅंसू ਕਰਦਾ ਚਿਹਰਾ ਹੋਣਾ ਚਾਹੀਦਾ ਤੇਰਾ ਉਹਦੀ ਮੁਹੱਬਤ ਜ਼ਾਹਰ ਹੈ ਬਿਲਕੁਲ ਮਸਨੂਈ ਸੀ ਕਿਉਂਕਿ ਸੈਦਾ ਲਈ ਉਹਦੇ ਦਿਲ 'ਚ ਕੋਈ ਥਾਂ ਨਹੀਂ ਸੀ ਉਹ ਸਿਰਫ ਆਪਣੀ ਮਾਂ ਦੇ ਖਾਤਰ ਚਾਹੁੰਦਾ ਸੀ ਕਿ ਸੈਦਾ ਤੇ ਉਹਦਾ ਰਿਸ਼ਤਾ ਬਣਿਆ ਰਹੇ ਤੇ ناکਾਮ ਨਾ ਹੋਵੇ ਉਹ ਜਾਣਦਾ ਸੀ ਉਹਦੀ ਮਾਂ ਆਪਣੇ ਹਾਰ ਕਦੇ ਜਰ ਨਹੀਂ ਸਕੇਗੀ ਉਹਦੀ ਮਾਂ ਨੇ ਆਪਣੀ ਜ਼ਿੰਦਗੀ 'ਚ ਕਦੇ ਹਾਰ ਦਾ ਮੂੰਹ ਨਹੀਂ ਦੇਖਿਆ ਸੀ ਇਸੇ ਲਈ ਉਹਦੀ ਪੂਰੀ ਕੋਸ਼ਿਸ਼ ਸੀ ਕਿ ਸੈਦਾ ਨਾਲ ਉਹਦੇ ਨਿਭ ਜਾਏ ਉਹਨੇ ਆਪਣੇ ਦਿਲ 'ਚ ਸੈਦਾ ਲਈ ਬੜੇ ਖਲੂਸ ਨਾਲ ਮਸਨੂਈ ਮੁਹੱਬਤ ਪੈਦਾ ਕਰ ਲਈ ਸੀ ਉਹ ਸੈਦਾ ਦੇ ਹਰ ਸੁੱਖ-ਦੁੱਖ ਦਾ ਖਿਆਲ ਰੱਖਦਾ ਸੀ ਆਪਣੀ ਮਾਂ ਅੱਗੇ ਸੈਦਾ ਦੀ ਛੋਟੀ ਤੋਂ ਛੋਟੀ ਗੱਲ ਦੀ ਤਾਰੀਫ਼ ਕਰਦਾ ਜਦੋਂ ਇਹ ਮਹਿਸੂਸ ਕਰਦਾ ਕਿ ਉਹਦੀ ਮਾਂ ਬੜੀ ਮਤਮੁਇਨ ਹੈ ਇਸ ਗੱਲੋਂ ਮਤਮੁਇਨ ਕਿ ਉਹਨੇ ਸਹੀ ਥਾਂ 'ਤੇ ਰਿਸ਼ਤਾ ਕੀਤਾ ਤਾਂ ਉਹਨੂੰ ਦਿਲ ਹੀ ਖੁਸ਼ੀ ਹੁੰਦੀ ਵਿਆਹ ਹੋਇਆ 1 ਮਹੀਨਾ ਲੰਘ ਗਿਆ ਲੰਘ ਚੁੱਕਿਆ ਸੀ ਇਸਦਾਰਨ ਸੈਦਾ ਕਈ ਵਾਰ ਪੇਕੇ ਗਈ। ਬਸਤ ਨੂੰ ਸੈਦਾ ਦੇ ਪੇਕੇ ਜਾਣ ਤੇ ਕੋਈ ਇਤਰਾਜ਼ ਨਹੀਂ ਸੀ। ਉਹ ਸਮਝਦਾ ਸੀ ਕਿ ਇਹ ਜੋ ਦਾ ਖੌਫ ਤੇ ਸੰਗ ਦੂਰ ਹੁੰਦੀ ਜਾਏਗੀ। ਪਰ ਇੰਜ ਹੋਇਆ ਨਾ। ਸੈਦਾ ਦਾ ਖੌਫ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਸੀ। ਹੁਣ ਤਾਂ ਕਬਰਾਈ ਹੋਈ ਦਿਖਾਈ ਦਿੰਦੀ ਸੀ। ਬਸਤ ਹੈਰਾਨ ਸੀ ਆਖਰ ਗੱਲ ਕੀ ਹੈ? ਉਹਨੇ ਮਾਂ ਨਾਲ ਕੋਈ ਗੱਲ ਨਾ ਕੀਤੀ। ਉਹਨੂੰ ਯਕੀਨ ਸੀ ਉਹਨੂੰ ਝਿੜਕੇਗੀ ਕਹੇਗੀ ਮੈਨੂੰ ਪਤਾ ਸੀ ਤੂੰ ਜ਼ਰੂਰ ਸੈਦਾ ਦਾ ਇਹੀ ਹਾਲ ਕਰੇਗਾ। ਇਕ ਦਿਨ ਉਹਨੇ ਸੈਦਾ ਨੂੰ ਕਿਹਾ ਮੇਰੀ ਜਾਨ ਤੂੰ ਮੈਨੂੰ ਦੱਸਦੀ ਕਿਉਂ ਨਹੀਂ ਸੈਦਾ ਤਰਫ ਕੇ ਬੋਲੀ ਜੀ ਸੈਦਾ ਨੂੰ ਤਰਫ ਦੀ ਦੇਖ ਉਹਨੇ ਮਹਿਸੂਸ ਕੀਤਾ ਜਿਵੇਂ ਉਹਨੇ ਸੈਦਾ ਦੇ ਦੁੱਖ ਦੀ ਰੱਗ ਤੇ ਹੱਥ ਰੱਖਦਾ ਹੋਵੇ ਆਪਣੇ ਲਹਿਜੇ 'ਚ ਹੋਰ ਜ਼ਿਆਦਾ ਪਿਆਰ ਭਰ ਕੇ ਉਹਨੇ ਕਿਹਾ ਮੈਂ ਪੁੱਛਿਆ ਸੀ ਵੀ ਹੁਣ ਤੂੰ ਹੋਰ ਜ਼ਿਆਦਾ ਸਹਮੀ ਕਿਉਂ ਰਹਿਣ ਲੱਗ ਪਈ ਹੈ ਆਖਰ ਗੱਲ ਕੀ ਹੈ ਸੈਦਾ ਨੇ ਵਿਰਾਮ ਤੋਂ ਬਾਅਦ ਜਵਾਬ ਦਿੱਤਾ ਜੀ ਗੱਲ ਤਾਂ ਕੋਈ ਵੀ ਨਹੀਂ ਹੈ ਮੈਂ ਥੋੜੀ ਬਿਮਾਰ ਹਾਂ ਤੂੰ ਮੇਰੇ ਨਾਲ ਕਦੇ ਜ਼ਿਕਰ ਹੀ ਨਹੀਂ ਕੀਤਾ ਕੀ ਬਿਮਾਰੀ ਹੈ ਸੈਦਾ ਨੇ ਚੁੰਨੀ ਦੀ ਕੰਨੀ ਨੂੰ ਉਂਗਲ ਤੇ ਲਪੇਟਦਿਆਂ ਜਵਾਬ ਦਿੱਤਾ ਅੰਮੀ ਜਾਣ ਇਲਾਜ ਕਰਾ ਰਹੀ ਏ ਜਲਦੀ ਦਰੁਸਤ ਹੋ ਜਾਊਂਗੀ ਬਸਿਤ ਨੇ ਸੈਦਾ 'ਚ ਹੋਰ ਜ਼ਿਆਦਾ ਰੁਚੀ ਲੈਣੀ ਸ਼ੁਰੂ ਕਰ ਦਿੱਤੀ ਉਹਨੇ ਦੇਖਿਆ ਸੈਦਾ ਰੋਜ਼ ਲੁੱਕ ਕੇ ਕੋਈ ਦਵਾਈ ਖਾਂਦੀ ਏ ਇੱਕ ਦਿਨ ਉਹ ਆਪਣੇ ਤਾਲਾਬੰਦ ਟਰੰਕ ਚੋਂ ਕੱਢ ਕੇ ਦਵਾਈ ਖਾਣ ਹੀ ਲੱਗੀ ਸੀ ਉਹਦੇ ਕੋਲ ਜਾ ਪੁੱਜਾ ਸੈਦਾ ਇੰਨੀ ਜ਼ੋਰ ਦੀ ਤਰਬ ਕੀ ਕਿ ਉਹਦੀ ਪੀਸੀ ਦਵਾਈ ਦੀ ਖੁੱਲੀ ਪੁੜੀ ਉਹਦੇ ਹੱਥੋਂ ਛੁੱਟ ਕੇ ਡਿੱਗ ਪਈ ਬਸਿਤ ਨੇ ਪੁੱਛਿਆ ਦਵਾਈ ਖਾਣੀ ਏ ਸੈਦਾ ਨੇ ਥੁੱਕ ਲੰਗਾ ਕੇ ਜਵਾਬ ਦਿੱਤਾ ਹਾਂਜੀ ਅੰਮੀ ਜਾਨ ਨੇ ਹਕੀਮ ਸਾਹਿਬ ਕੋਲੋਂ ਮੰਗਵਾਈ ਸੀ ਕੁਝ ਫਰਕ ਪਿਆ ਇਹਦੇ ਨਾਲ ਹਾਂਜੀ ਤਾਂ ਖਾ ਲੈ ਫਿਰ ਜੇ ਆਰਾਮ ਨਾ ਆਵੇ ਤਾਂ ਦਸੀ ਮੈਂ ਡਾਕਟਰ ਕੋਲ ਲੈ ਚੱਲੂ ਸੈਦਾ ਨੇ ਫਰਸ਼ ਤੋਂ ਡਿੱਗੀ ਪੁੜੀ ਚੁੱਕੀ ਸਿਰ ਹਿਲਾ ਕੇ ਕਿਹਾ ਜੀ ਚੰਗਾ ਬਾਸਿਤ ਨੇ ਸੋਚਿਆ ਚੰਗਾ ਆ ਕੋਈ ਇਲਾਜ ਤਾਂ ਚੱਲ ਰਿਹਾ ਹੈ ਖੁਦਾ ਕਰੇ ਚੰਗੀ ਭਲੀ ਹੋ ਜਾਏ ਡਰ ਦੁਰ ਕੁਝ ਨਹੀਂ ਬਸ ਬਿਮਾਰੀ ਆ ਦੁਰ ਹੋ ਜਾਏਗੀ ਇਨਸ਼ਾਅੱਲਾ ਉਨੇ ਸੈਦਾ ਦੀ ਬਿਮਾਰੀ ਬਾਰੇ ਆਪਣੀ ਮਾਂ ਨਾਲ ਪਹਿਲੀ ਵਾਰੀ ਗੱਲ ਕੀਤੀ ਕਹਿਣ ਲੱਗੀ ਕੀ ਬਕਵਾਸ ਪਿਆ ਕਰਦਾ ਹੈ ਖੁਦਾ ਦੇ ਫੱਜੋ ਕਰਮ ਨਾਲ ਚੰਗੀ ਭਲੀ ਤਾਂ ਕੀ ਬਿਮਾਰੀ ਆਉਨੂ ਉਹਨੇ ਕਿਹਾ ਮੈਨੂੰ ਕੀ ਪਤਾ ਅੰਮੀ ਜਾਨੇ ਤਾਂ ਸੈਦਾ ਹੀ ਦੱਸ ਸਕਦੀ ਹੈ ਤੁਹਾਨੂੰ ਉਹਦੀ ਮਾਂ ਨੇ ਬੜੀ ਬੇਪਰਵਾਹੀ ਨਾਲ ਕਿਹਾ ਮੈਂ ਪੁੱਛਾਂਗੀ ਉਹਨੂੰ ਤੇ ਜਦੋਂ ਉਹਦੀ ਮਾਂ ਨੇ ਸੈਦਾ ਨਾਲ ਗੁਫ਼ਤਗੂ ਕੀਤੀ ਤਾਂ ਸੈਦਾ ਨੇ ਜਵਾਬ ਦਿੱਤਾ ਕੁਝ ਨਹੀਂ ਖਾਲਾ ਜਾਨ ਬਸ ਸਿਰ 'ਚ ਪੀੜ ਰਹਿੰਦੀ ਹੈ ਅੰਮੀ ਜਾਨੇ ਹਕੀਮ ਸਾਹਿਬ પાસે ਦਵਾਈ ਮੰਗਵਾ ਦਿੱਤੀ ਸੀ ਅਸਲ 'ਚ ਬਾਸਿਤ ਸਾਹਿਬ ਬੜੇ ਵਹਿਮੀ ਨੇ ਹਰ ਵੇਲੇ ਕਹਿੰਦੇ ਰਹਿੰਦੇ ਨੇ ਮੈਨੂੰ ਡਰੀ ਡਰੀ ਜੀ ਲੱਗਦੀ ਰਹਿੰਦੀ ਆ ਮੈਨੂੰ ਭਲੰਕੇ ਇਸ ਗੱਲ ਦਾ ਡਰ ਹੋ ਸਕਦਾ ਬਾਸਿਤ ਦੀ ਮਾਂ ਨੇ ਕਿਆ ਬਕਦਾ ਰਹਿੰਦਾ ਤੂੰ ਉਹਦੀਆਂ ਫਜ਼ੂਲ ਗੱਲਾਂ ਦਾ ਖਿਆਲ ਨਾ ਕਰਿਆ ਕਰ ਕੁਝ ਦਿਨਾਂ ਬਾਅਦ ਬਾਸਿਤ ਨੇ ਮਹਿਸੂਸ ਕੀਤਾ ਕਿ ਸੈਯਦਾ ਬੜੀ ਜ਼ਿਆਦਾ ਘਬराई ਹੋਈ ਹੈ ਸੈਯਦਾ ਦੇ ਵਿੱਚ ਐਨੀ ਉਹਦੇ ਰੂਹੇ ਰੂਹੇ ਤੋਜ਼ਾਰ ਹੋ ਰਹੀ ਹੈ ਦੁਪਹਿਰ ਬਾਅਦ ਸੈਯਦ ਨੇ ਕਿਹਾ ਅਮੀ ਜਾਨ ਨੂੰ ਮਿਲਣ ਜਾਣ ਦਾ ਦਿਲ ਕਰਦਾ ਹੈ ਮੈਨੂੰ ਛੱਡਾ ਬਸਿਤ ਨੇ ਜਵਾਬ ਦਿੱਤਾ ਨਹੀਂ ਸੈਦਾ ਅੱਜ ਤੇਰੀ ਤਬੀਅਤ ਠੀਕ ਨਹੀਂ ਹੈ ਸੈਦਾ ਨੇ ਇਸrar ਕਰਦੇ ਕਿਹਾ ਤੁਸੀਂ ਛੱਡੋ ਮੈਂ ਠੀਕ ਹੋ ਜਾਵਾਂਗੀ ਬਸਿਤ ਨੇ ਕਿਹਾ ਉੱਥੇ ਤਬੀਅਤ ਠੀਕ ਹੋ ਸਕਦੀ ਹੈ ਤਾਂ ਇੱਥੇ ਵੀ ਠੀਕ ਹੋ ਸਕਦੀ ਹੈ ਜਾ ਲੰਮੀ ਬਹਿ ਜਾ ਆਰਾਮ ਕਰ ਇਹਨੇ ਨੂੰ ਬਸਿਤ ਦੀ ਮਾਂ ਆ ਗਈ ਬਸਿਤ ਨੇ ਮਾਂ ਨੂੰ ਕਿਹਾ ਅਮੀ ਜਾਨ ਦੇਖੋ ਸੈਦਾ ਜ਼ਿੱਦ ਕਰ ਰਹੀ ਹੈ ਕਹਿੰਦੀ ਹੈ ਤਬੀਅਤ ਠੀਕ ਨਹੀਂ ਆਮੀ ਜਾਨ ਕੋ ਲੈ ਚੱਲ ਬਸਿਤ ਦੀ ਮਾਂ ਨੇ ਬੇਪਰਵਾਹੀ ਨਾਲ ਕਿਹਾ ਕੱਲ ਚਲੀ ਜਾਈਂ ਸੈਦਾ ਸੈਦਾ ਨੇ ਕੁਝ ਨਾ ਕਿਹਾ ਤੇ ਬਾਹਰ ਵਿਹੜੇ ਵੱਲ ਚਲੀ ਗਈ ਥੋੜੀ ਦੇਰ ਬਾਅਦ ਬਾਸਿਤ ਬਾਹਰ ਨਿਕਲਿਆ ਦੇਖਿਆ ਸੈਦਾ ਬਾਹਰ ਵਿੜੇ ਚ ਨਹੀਂ ਹੈ ਉਹਨੇ ਸੈਦਾ ਨੂੰ ਇੱਧਰ ਉੱਧਰ ਭਾਲਿਆ ਪਰ ਉਹ ਕਿਤੇ ਨਾ ਲੱਭੀ ਉਹਨੇ ਸੋਚਿਆ ਤਾਂ ਕੋਠੇ ਤੇ ਹੋ ਉੱਪਰ ਗਿਆ ਤਾਂ ਉਹਨੇ ਗੁਸਲਖਾਨੇ ਦਾ ਬੂਆ ਬੰਦ ਵੇਖਿਆ ਉਹਨੇ ਬੂਆ ਖੜਕਾਇਆ ਤੇ ਆਵਾਜ਼ ਮਾਰੀ ਸੈਦਾ ਜਦੋਂ ਕੋਈ ਜਵਾਬ ਨਾ ਮਿਲਿਆ ਉਹਨੇ ਫੇਰ ਸੱਦਿਆ ਸੈਦਾ ਅੰਦਰੋਂ ਮਸਾਂ ਸੁਨਿੰਦੀ ਆਵਾਜ਼ ਆਈ ਜੀ ਉਹਨੇ ਪੁੱਛਿਆ ਕੀ ਕਰ ਰਹੀ ਹੈ ਮਸਾਂ ਸੁਨਿੰਦੀ ਆਵਾਜ਼ ਤੋਂ ਨੇ ਕਿਹਾ ਜੀ ਨਾ ਰਹੀ ਆ ਉਹੇਠਾ ਉਤਰ ਆਇਆ ਸੈਦਾ ਦੀ ਤਬੀਅਤ ਬਾਰੇ ਸੋਚਦਾ ਸੋਚਦਾ ਗਲੀ 'ਚ ਜਾ ਨਿਕਲਿਆ ਇੰਨੇ ਨੂੰ ਉਹਦੀ ਨਜ਼ਰ ਮੂਰੀ ਵੱਲ ਗਈ ਉਹਨੇ ਖੂਨ ਹੀ ਖੂਨ ਦੇਖਿਆ ਤੇ ਉਹ ਲਹੂ ਉਸੇ ਗੁਸਲਖਾਨੇ ਦੇ ਪ੍ਰਣਾਲੇ 'ਚੋਂ ਨਿਕਲ ਰਿਹਾ ਸੀ ਜਿਸ 'ਚ ਸੈਦਾ ਨਹਾ ਰਹੀ ਸੀ ਉਪਰੋਂ ਥੱਲੇ ਕਈ ਵਿਚਾਰ ਉਹਦੇ ਦਿਮਾਗ 'ਚ ਬਿਜਲੀ ਦੇ ਕਰੰਟ ਵਾਂਗ ਆਏ ਤੇ ਗਏ ਦਵਾਈ ਲਹੂ ਦਵਾਈ ਦਰ ਦਵਾਈ ਖੂਨ ਦਰ ਫਿਰ ਉਹਨੇ ਹੌਲੀ-ਹੌਲੀ ਸੋਚਣਾ ਸ਼ੁਰੂ ਕੀਤਾ ਸੈਦਾ ਦੀ ਮਾਂ ਵਿਆਹ ਦੀ ਤਰੀਕ ਕਿਉਂ ਪੱਕੀ ਨਹੀਂ ਸੀ ਕਰਦੀ ਕਿਉਂ ਨੇ 2-3 ਮਹੀਨੇ ਰੁਕ ਜਾਣ ਲਈ ਗਿਆ ਸੀ ਸੈਦਾ ਕਿਉਂ ਬਾਰ-ਬਾਰ ਆਪਣੀ ਮਾਂ ਨੂੰ ਮਿਲਣ ਜਾਂਦੀ ਸੀ ਸੈਦਾ ਕਿਉਂ ਹਰ ਸਮੇਂ ਸੈਮੀ ਸੈਮੀ ਰਹਿੰਦੀ ਸੀ ਕਿਉਂ ਦਵਾਈ ਖਾਂਦੀ ਸੀ ਅੱਜ ਕਿਉਂ ਬਹੁਤ ਜ਼ਿਆਦਾ ਸੈਮੀ ਸੀ ਉਹ ਸਾਰਾ ਮਾਮਲਾ ਸਮਝ ਗਿਆ ਉਹਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਸੈਦਾ ਜਦੋਂ ਉਹਦੀ ਦੁਲਹਨ ਬਣ ਕੇ ਆਈ ਸੀ ਉਸ ਸਮੇਂ ਗਰਭਵਤੀ ਸੀ ਤੇ ਮੈਨੂੰ ਪਤਾ ਵੀ ਨਾ ਲੱਗਿਆ ਉਦੇ ਬੁੱਲਾਂ ਤੇ ਹਲਕੀ ਜੀ ਮੁਸਕਰਾਹਟ ਛਾ ਗਈ ਇਹਦਾ ਮਤਲਬ ਸੈਦਾ ਤੇ ਉਹਦੀ ਮਾਂ ਦੀ ਕੋਸ਼ਿਸ਼ ਸੀ ਕਿ ਇਹ ਹਮਲ ਡਿੱਗ ਜਾਈ ਤੇ ਅੱਜ ਉਹਨਾਂ ਦੀ ਕੋਸ਼ਿਸ਼ ਕਾਮਯਾਬ ਹੋ ਗਈ ਆ ਉਹਨੇ ਦੁਬਾਰਾ ਸੋਚਿਆ ਕਿ ਮੈਂ ਉੱਪਰ ਜਾਵਾਂ ਉੱਪਰ ਜਾ ਕੇ ਸੈਦਾ ਨੂੰ ਦੇਖਾਂ ਮਾਂ ਨਾਲ ਗੱਲ ਕਰਾਂ ਮਾਂ ਦਾ ਖਿਆਲ ਆਉਂਦੇ ਆ ਉਹ ਕੰਬ ਗਿਆ ਉਹ ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕੇਗੀ ਉਹ ਮੇਰੀਆਂ ਨਜ਼ਰਾਂ 'ਚ ਜਲੀਲ ਹੋਣਾ ਕਦੇ ਗੁਵਾਰਾ ਨਹੀਂ ਕਰੇਗੀ ਉਹ ਜ਼ਰੂਰ ਕੁਝ ਖਾ ਕੇ ਮਰ ਜਾਏਗੀ ਉਹ ਕੋਈ ਫੈਸਲਾ ਨਾ ਕਰ ਸਕੇ ਉਕਾਰ ਪਰਤ ਆਇਆ ਉਹਨੇ ਦੇਖਿਆ ਉਹਦੀ ماں ਘਰੇ ਨਹੀਂ ਹੈ ਉਹ ਆਪਣੇ ਕਮਰੇ ਚ ਗਿਆ ਸਿਰ ਫੜ ਕੇ ਬਹਿ ਗਿਆ ਉਹਨੇ ਸੈਦਾ ਬਾਰੇ ਸੋਚਿਆ ਖੁਦਾ ਜਾਣੇ ਉਹ ਕਿਸ ਹਾਲਤ ਵਿੱਚ ਹੈ ਉਹਦੀ ਦੇਹ ਤੇ ਉਹਦੇ ਦਿਮਾਗ ਤੇ ਕੀ ਕੁਝ ਬੀਤਿਆ ਹੋਊ ਕੀ ਬੀਤ ਰਿਹਾ ਹੋਏਗਾ ਕੀ ਉਹ ਇਹ ਰਾਜ਼ ਲੁਕਾ ਸਕੇਗੀ ਜਿਵੇਂ ਜਿਵੇਂ ਉਹ ਸੈਦਾ ਬਾਰੇ ਸੋਚਦਾ ਉਹਦੇ ਦਿਲ 'ਚ ਹਮਦਰਦੀ ਦਾ ਜਜ਼ਬਾ ਵੱਧਦਾ ਜਾਂਦਾ ਉਹਨੇ ਸੈਦਾ ਉਹਨੂੰ ਸੈਦਾ ਤੇ ਰਹਿਮ ਆਉਣ ਲੱਗਿਆ ਵਿਚਾਰੀ ਪਤਾ ਨਹੀਂ ਬੇਹੋਸ਼ ਪਈ ਏ ਜਾਂ ਹੋਸ਼ 'ਚ ਏ ਖਰੇ ਉਹਦੇ ਤੇ ਕੀ ਬੀਤ ਰਹੀ ਹੋ ਕਿ ਉਹ ਆ ਸਕੇਗੀ ਉਹ ਸੋਚਦਾ ਰਿਹਾ ਬੜੀ ਦੇਰ ਤੱਕ ਸੋਚਦਾ ਰਿਹਾ ਮਸਾਂ ਸੁਣੀਂਦੇ ਹੋ ਕੇ ਸੁਣ ਕੇ ਉਹ ਵਿੜੇ ਵੱਲ ਗਿਆ ਸੈਦਾ ਮੰਜੀ ਤੇ ਬੈਠੀ ਜੋੜੀ ਵੱਲ ਦੇਖ ਰਹੀ ਸੀ ਉਹਦਾ ਰੰਗ ਪੀਲਾ ਭੂਕ ਸੀ ਇੰਨਾ ਪੀਲਾ ਕਿ ਮੁਰਦਾ ਜਾਪ ਰਹੀ ਸੀ ਉਹ ਬਾਹ ਮੁਸ਼ਕਲ ਬੈਠੀ ਹੋਈ ਸੀ ਉਹਦੀਆਂ ਲੱਤਾਂ ਕੰਬ ਰਹੀਆਂ ਸਨ ਬਾਸਿਤ ਨੇ ਕੁਝ ਸੋਚਿਆ ਅੰਦਰੋਂ ਮੁਰਕਾ ਚੁੱਕ ਲਿਆ ਤੇ ਬੋਲਿਆ ਸੈਦਾ ਹਿੰਮਤ ਤੋ ਕਾਮ ਲਿਆ ਚਲ ਮੈਂ ਤੈਨੂੰ ਘਰੇ ਛਾਡਦਾ ਹਾਂ ਸੈਦਾ ਨੇ ਹਿੰਮਤ ਤੋਂ ਕੰਮ ਲਿਆ ਉਹਦੇ ਨਾਲ ਹੌਲੀ-ਹੌਲੀ ਚੱਲ ਕੇ ਬਾਹਰ ਗਲੀ ਤੇ ਫਿਰ ਜ਼ਰਾ ਅੱਗੇ ਸੜਕ ਤੱਕ ਗਈ ਟਾਂਗੇ 'ਚ ਬਹਿ ਗਈ ਉਹਨੂੰ ਉਹਦੀ ਮਾਂ ਕੋਲ ਛੱਡ ਆਇਆ ਉਹਦੇ ਘਰ ਪਹੁੰਚਦੇ ਹੀ ਉਹਦੀ ਮਾਂ ਨੇ ਪੁੱਛਿਆ ਸੈਦਾ ਕਿੱਥੇ ਆ ਮਾਂ ਉਹ ਜ਼ਿੱਦ ਕਰ ਰਹੀ ਸੀ ਸੁਮੈ ਨੂੰ ਛੱਡ ਆਇਆ ਉਹਨੇ ਜਵਾਬ ਦਿੱਤਾ ਉਹਦੀ ਮਾਂ ਨੇ ਉਹਨੂੰ ਡਾਂਟ ਦਿਆ ਕਿ ਤੂੰ ਉਹਦੀ ਆਦਤਾਂ ਵਿਗਾੜ ਦੇਂਗਾ ਤੇ ਫਿਰ ਮੈਨੂੰ ਕਹਿਂਗਾ ਬਈ ਮੈਂ ਤੇਰਾ ਗਲਤ ਥਾਂਵੇਂ ਰਿਸ਼ਤਾ ਜੋੜ ਦਿੱਤਾ ਜ਼ਿੱਦ ਕਰਨ ਦੇਂਦਾ ਉਨੇ ਕਿਆ ਨਹੀਂ ਅੰਮੀ ਜਾਨ ਸੈਦਾ ਭਲੀ ਕੁੜੀ ਏ ਉਹਦੀ ਮਾਂ ਮੁਸਕਰਾ ਕੇ ਬੋਲੀ ਮੈਂ ਤਾਂ ਤੈਨੂੰ ਪਹਿਲਾਂ ਹੀ ਨਹੀਂ ਦੱਸਿਆ ਸੀ ਵੀ ਸੈਦਾ ਨੇਕ ਕੁੜੀ ਹੈ ਮੈਨੂੰ ਯਕੀਨ ਸੀ ਵੀ ਤੂੰ ਉਹਨੂੰ ਜ਼ਰੂਰ ਪਸੰਦ ਕਰੇਗਾ ਫਿਰ ਥੋੜੀ ਦੇਰ ਤੱਕ ਸੁਪਾਰੀਆਂ ਟੁੱਕਣ ਤੋਂ ਬਾਅਦ ਅਚਾਨਕ ਬੋਲੀ ਬੱਸ ਉੱਪਰ ਗੁਸਲਖਾਨੇ 'ਚ ਖੂਨ ਜਿਆ ਕੀ ਸੀ ਉਹ ਬੰਦਲ ਜੇ ਗਿਆ ਤੇ ਬੋਲੇ ਉਹ ਕੁਝ ਨਹੀਂ ਅੰਮੀ ਜਾਨ ਮੇਰੀ ਨਕਸੀਰ ਫੁੱਟੀ ਸੀ ਉਹਦੀ ਮਾਂ ਨੇ ਬੜੇ ਗੁੱਸੇ ਨਾਲ ਕਿਹਾ ਮਰ ਜਾਣਿਆ ਕਿੰਨੀ ਵਾਰ ਤੈਨੂੰ ਸਮਝਾਇਆ ਵੀ ਗਰਮ ਚੀਜ਼ਾਂ ਨਾ ਖਾਇਆ ਕਰ ਜਦੋਂ ਦੇਖੋ ਜੇਬਾ ਮੂੰਫਲੀ ਨਾਲ ਭਰੀਆਂ ਹੁੰਦੀਆਂ ਉਹ ਥੋੜੀ ਦੇਰ ਤੱਕ ਆਪਣੀ ਮਾਂ ਨਾਲ ਗੱਲਾਂ ਕਰਦਾ ਰਿਹਾ ਜਦੋਂ ਉਹ ਰਸੋਈ 'ਚ ਚਲੀ ਗਈ ਤਾਂ ਉੱਪਰ ਕੋਠੇ ਤੇ ਚਲਾ ਗਿਆ ਉਹਨੇ ਗੁਸਲਖਾਨੇ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਉਹਦੇ ਦਿਲ 'ਚ ਇਸ ਗੱਲ ਦਾ ਬੜਾ ਏਤਮਨਾੰਦ ਸੀ ਕਿ ਉਹਨੇ ਆਪਣੀ ਮਾਂ ਨਾਲ ਸੈਦਾ ਮੁਤਲਕ ਕੋਈ ਗੱਲ ਨਹੀਂ ਕੀਤੀ ਤੇ ਨਾ ਹੀ ਉਹਨੇ ਸੈਦਾ ਅੱਗੇ ਜ਼ਾਰ ਹੋਣ ਦਿੱਤਾ ਕਿ ਉਹ ਦਾ ਰਾਜ਼ ਜਾਣਦਾ ਹੈ ਉਹ ਦਿਲ 'ਚ ਫੈਸਲਾ ਕਰ ਚੁੱਕਿਆ ਸੀ ਕਿ ਸੈਦਾ ਦਾ ਰਾਜ਼ ਸਦਾ ਉਹਦੇ ਸੀਨੇ 'ਚ ਦੱਬਿਆ ਰਹੇਗਾ ਉਹ ਕਾਫੀ ਤਕਲੀਫ ਸਹਿ ਚੁੱਕੀ ਆ। ਉਹਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਚੁੱਕੀ ਐ। ਮਜ਼ੀਦ ਸਜ਼ਾ ਦੇਣ ਦਾ ਕੋਈ ਫਾਇਦਾ ਨਹੀਂ ਆ। ਖੁਦਾ ਕਰੇ ਉਹ ਜਲਦ ਰਾਜ਼ੀ ਹੋ ਜਾਏ। ਹੁਣ ਉਹਦੇ ਚਿਹਰੇ ਤੇ ਉਹ ਖੌਫ ਨਹੀਂ ਰਹੇਗਾ। ਉਹ ਸੋਚ ਹੀ ਰਿਹਾ ਸੀ ਕਿ ਉਹਨੂੰ ਥੱਲੇੋਂ ਮਾਂ ਦਾ ਮਾਂ ਦੇ ਦਿਲ ਕੰਬਾਉ ਉੱਚੀ ਤੇ ਲੰਬੀ ਚੀਕ ਸੁਣਾਈ ਦਿੱਤੀ। ਉਹ ਭੱਜਿਆ-ਭੱਜਿਆ ਹੇਠਾਂ ਉਤਰਿਆ ਵੇੜੇ 'ਚ ਪੁੱਜਾ। ਸਾਹਮਣੇ ਡੇਉੜੀ 'ਚ ਉਹਦੀ ਮਾਂ ਫਰਸ਼ ਤੇ ਮੁੱਦੀ ਪਈ ਸੀ। ਮੁਰਦਾ ਨਾਲ ਹੀ ਕੂੜੇ ਵਾਲੇ ਲੱਕੜ ਦੇ ਬਕਸੇ ਵਿੱਚ ਕੱਪੜੇ ਚ ਬੁਲੇਟਿਆ ਖੂਨ ਦਾ ਇੱਕ ਵੱਡਾ ਸਾਰਾ ਲੋਥੜਾ ਇੱਕ ਬਹੁਤ ਹੀ ਛੋਟਾ ਜਿਹਾ ਨਾ ਮੁਕੰਮਲ ਬੱਚਾ ਪਿਆ ਸੀ ਸਦੀਦ ਸਦਮੇ ਦੇ ਬਾਵਜੂਦ ਸੰਭਲਿਆ ਉਹਨੇ ਫਟੀਆਂ ਪੁਰਾਣੀਆਂ ਲੀਰਾਂ ਚ ਬੱਚੇ ਤੇ ਲੋਥੜੇ ਨੂੰ ਚੰਗੀ ਤਰ੍ਹਾਂ ਬੁਲੇਟਿਆ ਅੰਦਰ ਜਾ ਕੇ ਆਪਣੇ ਬੂਟਾਂ ਦੇ ਖਾਲੀ ਡੱਬੇ ਚ ਰੱਖ ਦਿੱਤਾ ਫਿਰ ਉਹਨੇ ਆਪਣੀ ਮਰਦਾ ਮਾਂ ਨੂੰ ਚੁੱਕਿਆ ਅੰਦਰ ਮੰंजे ਤੇ ਲਟਾ ਦਿੱਤਾ ਦੇਰ ਤੱਕ ਮਾਂ ਕੋਲ ਬੈਠਾ ਰੋਂਦਾ ਰਿਹਾ ਸੈਦਾ ਨੂੰ ਇਤਲਾਹ ਪਹੁੰਚੀ ਉਹਨੂੰ ਆਪਣੀ ਮਾਂ ਨਾਲ ਆਉਣਾ ਪਿਆ ਉਸੇ ਤਰ੍ਹਾਂ ਪੀਲੀ ਭੂਖ ਸੀ ਤੇ ਪਹਿਲਾਂ ਨਾਲੋਂ ਜ਼ਿਆਦਾ ਨੇ ਡਾਲ ਉਹਨੂੰ ਬੜਾ ਤਰਸ ਆਇਆ ਉਹਨੇ ਕਿਹਾ ਸੈਦਾ ਜੋ ਅੱਲਾ ਨੂੰ ਮਨਜ਼ੂਰ ਸੀ ਹੋ ਗਿਆ ਤੇਰੀ ਤਬੀਅਤ ਠੀਕ ਨਹੀਂ ਹੈ ਰੋਣਾ ਬੰਦ ਕਰ ਤੇ ਜਾ ਆਪਣੇ ਕਮਰੇ 'ਚ ਜਾ ਕੇ ਲੇਟ ਜਾ ਸੈਦਾ ਆਪਣੇ ਕਮਰੇ 'ਚ ਜਾਣ ਦੀ ਬਜਾਏ ਡਿਊਟੀ ਵੱਲ ਗਈ ਜਦੋਂ ਵਾਪਸ ਮੁੜੀ ਤਾਂ ਉਹਦਾ ਚਿਹਰਾ ਪੀਲਾ ਸੀ ਉਹ ਚੁੱਪ ਰਿਹਾ ਸੈਦਾ ਨੇ ਉਹਦੇ ਵੱਲ ਦੇਖਿਆ ਉਹਦੀਆਂ ਅੱਖਾਂ 'ਚ ਅੰਜੂ ਸਨ ਬਾਸੀਤ ਨੇ ਬੜੇ ਪਿਆਰ ਨਾਲ ਕਿਹਾ ਜ਼ਿਆਦਾ ਰੋਣਾ ਚੰਗਾ ਨਹੀਂ ਸੈਦਾ ਜੋ ਖੁਦਾ ਨੂੰ ਮਨਜ਼ੂਰ ਸੀ ਹੋ ਗਿਆ ਦੂਸਰੇ ਦਿਨ ਸਵੇਰੇ ਸਾਜਰੇ ਉਹਨੇ ਮਾਂ ਨੂੰ ਦਫਨਾਉਣ ਤੋਂ ਪਹਿਲਾਂ ਹੀ ਬੱਚੇ ਦੇ ਲੋਥੜੇ ਨੂੰ ਨਹਿਰ ਦੇ ਕੰਢੇ ਤੋਂ ਆਇਆ ਪੁੱਟ ਕੇ ਦਬਾ ਦਿੱਤਾ ਧੰਨ